जी जी सत श्री अकाल जी। हाँ जी वीर जी, की हाल है? ठीक हो? वधिया जी वधिया, तुसी सुनाओ। घर परिवार सब ठीक है? हाँ जी बहुत वधिया जी। वीर जी ये जिहड़ा अरेस्ट होया की लगता तुहाडा? ते साडे दूरों नेड़ों रिश्तेदारी आ, तुसी की गल की होई की पता लगे ना कुछ? मैं जगमोहन सिंह नंदा गल करना, एडवोकेट वकील गल कर रहे हैं जी। ठीक है, ए जिहड़ा हैगा वीर भाई ये तुहाडा पुलिस कस्टडी च है जी, केस केस दे विच संबंध की केस बनाया ना? ओ जा रहे सीगे गड्डी ते, उन्हां कोल गड्डी वजी आ किते गोरे दी गड्डी नाल। ठीक है, अच्छा जी। ओ गोरे दे सट्टा सट्टा वावा लग गए, यानी उन्हों चाके लै गए हॉस्पिटल च, इन्हों अरेस्ट करके जिहड़ा ना इत्थे लै के आए आ। ठीक है, बाकी वाहेगुरु चंगा करूगा। ठीक है जी जी, ਦੂਰੋਂ ਨੇੜੋਂ ਕੀ ਲੱਗਦਾ ਕੀ ਵੀਰ ਭਾਈ ਇਹ ਤੁਹਾਡਾ? ਮਾਸੀ ਦਾ ਮੁੰਡਾ ਜੀ ਸਾਡੀ ਦਾ। ਤੇ ਫਿਰ ਦੂਰੋਂ ਨੇੜੋਂ ਦਾ ਨਾ ਹੋਇਆ ਫਿਰ ਤੇ ਤੁਹਾਡਾ ਜਿਹੜਾ ਸੱਕਾ ਹੀ ਹੈ। ਉਹ ਬਾਈ ਜੀ ਗੱਲ ਪਤਾ ਕੀ ਹੁੰਦੀ ਹੈ, ਜਿਹੜਾ ਉਹ ਰਿਸ਼ਤੇਦਾਰ ਤੇ ਉਹ ਹੀ ਹੈ ਨਾ ਜਿਹੜਾ ਮਿਲਦਾ ਵਰਤਦਾ। ਹਾਂਜੀ ਬਿਲਕੁਲ। ਮੰਮੀ ਡੈਡੀ ਦਾ ਇਹਦੇ ਦਾ ਨਾਂ ਕੀ ਹੈ? ਇਹਦੇ ਮੰਮੀ ਦਾ ਨਾਂ ਹੈਗਾ ਬਲਦੇਵ ਸਿੰਘ। ਅੱਛਾ, ਤੇ ਮੰਮੀ ਤੇ ਇਹਦੀ ਐਕਸਪਾਇਰ ਹੋ ਚੁੱਕੀ, ਉਹਦਾ ਨਾਂ ਅਜਮੇਰ ਕੌਰ ਸੀਗਾ। ਠੀਕ ਹੈ, ਬਿਲਕੁਲ ਰਾਈਟ ਹੈ। ਆਹੀ ਹੈ ਤੁਹਾਡਾ ਜਿਹੜਾ ਹੈ ਕਿ ਇਹਦੇ ਬਾਰੇ ਹੁਣ ਇੱਦਾਂ ਹੈ ਕਿ ਇਹਦੀ ਇੱਥੇ ਬੇਲ ਕਰਾਉਣੀ ਪੈਣੀ ਹੈ। ਉਹਨੇ ਤੁਹਾਡਾ ਕਿਤੇ ਨੰਬਰ ਦਿੱਤਾ ਹੈ ਜੀ? ਠੀਕ ਹੈ, ਕਿ ਮੇਰੇ ਵੀਰ ਭਾਈ ਆ। ਚਲੋ ਵੀਰ ਭਾਈ ਤਾਂ ਹੈ ਜੀ ਆਪਾਂ ਜੀ, ਗੱਲ ਇਹ ਵੇਖੋ ਹੁਣ ਇਹਨੂੰ 10 ਸਾਲ ਹੋ ਗਏ ਉੱਥੇ ਬੈਠੇ ਨੂੰ ਜਾ ਕੇ, ਹਨਾ। ਅਸੀਂ ਇੱਥੇ ਕਰੋਨਾ ਕਾਲ ਦੇ ਵਿੱਚ ਭੁਗਤੇ ਹਾਂ, ਪੂਰਾ ਆਪਣਾ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਕੀਤਾ। ਉਦੋਂ ਇਹਨਾਂ ਬੰਦਿਆਂ ਨੂੰ ਆਖਿਆ ਵੀ ਭਾਈ ਕੋਈ ਸਾਡੀ ਵੀ ਮਦਦ ਕਰ ਦਿਆ ਕਰੋ, ਤੇ ਉਦੋਂ ਇਹ ਬੰਦੇ ਕਹਿੰਦੇ ਅਸੀਂ ਤੁਹਾਨੂੰ ਜਾਣਦੇ ਨੀ, ਹੁਣ ਇਹਨਾਂ ਨੂੰ ਅੱਜ ਕਿੱਦਾਂ ਚੇਤਾ ਆ ਗਿਆ ਸਾਡਾ? ਵੀ ਉਹ ਤਾਂ ਗੱਲ ਚਲੋ ਹੁੰਦੀ ਆ, ਠੀਕ ਹੈ, ਲੇਕਿਨ ਕਿਸੇ ਦੇ ਉੱਤੇ ਜੇ ਉਹਨਾਂ ਨੇ ਜਿਹੜੀ ਕਰਤੀ ਤੁਸੀਂ ਤੇ ਨਾ ਉਹ ਕਰੋ ਗੱਲ ਉਹਨੇ। ਚਲੋ ਅਸੀਂ ਕੀ ਕਰਨਾ ਵਾ ਹੁਣ, ਦੱਸੋ ਜੀ ਮੈਂ ਕੀ ਕਰ ਸਕਦਾ? ਮੈਂ ਦੱਸੋ ਕੀ ਕਰ ਸਕਦਾ? ਇਹਦੀ ਬੇਲ ਕਰਾਉਣੀ ਪੈਣੀ ਹੈ, ਉਹਨਾਂ ਨੇ ਇਹਨੂੰ ਫਾਈਨ ਪਾਤਾ ਹੈ। ਠੀਕ ਹੈ, ਜਿਹੜੀ ਹੈ ਆਪਣਾ ਇੰਡੀਅਨ ਪੇਮੈਂਟ 2.5 ਲੱਖ ਰੁਪਿਆ। ਅੱਛਾ ਜੀ, ਹਾਂਜੀ, ਉਹ ਇਹਦੀ ਇੱਥੇ ਬੇਲ ਕਰਾਉਣੀ ਪੈਣੀ ਹੈ, ਇਹਨੂੰ ਫਾਈਨ ਲੱਗਿਆ, ਫਾਈਨ ਪੇ ਕਰਨਾ ਪੈਣਾ। ਅੱਛਾ, 2.5 ਲੱਖ ਰੁਪਿਆ। ਅਗਰ ਉਹ ਨਾ ਹੋਇਆ ਤੇ ਇਹਨੂੰ ਫਿਰ ਉਹਨਾਂ ਨੇ ਸਜ਼ਾ ਕਰ ਦੇਣੀ ਹੈ, ਹੋ ਸਕਦਾ 8-10 ਸਾਲ ਦੀ ਹੋ ਜਾਵੇ। ਇੰਨੇ ਪੈਸੇ, ਇੰਨੇ ਪੈਸੇ ਅਗਰ ਜੇ ਗੋਰਾ ਮਰ ਗਿਆ ਤੇ ਫਿਰ ਇਹਨੂੰ ਤੇ ਇੱਥੇ ਫਾਂਸੀ ਲੱਗ ਜਾਣੀ ਹੈ। ਉਹ ਬਾਈ ਜੀ ਰੋਈ ਜਾਂਦਾ ਹੈ, ਰੋਈ ਤੇ ਜਾਂਦਾ ਹੈ, ਪਰ ਹੁਣ 2.5 ਲੱਖ ਰੁਪਇਆ ਗਰੀਬ ਘਰਾਂ ਚੋਂ ਕਿੱਥੋਂ ਨਿਕਲਦਾ ਭਾਜੀ? ਉਹ ਤਾਂ ਗੱਲ ਤੁਹਾਡੀ ਠੀਕ ਹੈ, ਤੇ ਵੀਰ ਜੀ ਤੁਹਾਡਾ ਨਾਂ ਕੀ ਹੈ? ਮੈਂ ਤੁਹਾਡੀ ਗੱਲ ਕਰਾਉਣਾ ਉਹਦੇ ਨਾਲ। ਮੇਰਾ ਨਾਂ ਹੈਗਾ ਸ਼ਮਸ਼ੇਰ ਸਿੰਘ। ਸ਼ਮਸ਼ੇਰ ਸਿੰਘ ਜੀ, ਮੈਂ ਤੁਹਾਡੀ ਮਾੜੀ ਜੀ ਗੱਲ ਕਰਾ ਦਿੰਦਾ। ਠੀਕ ਹੈ, ਅੰਦਰ ਜਾ ਕੇ ਪੁਲਿਸ ਕਸਟਡੀ ਚ ਬੈਠਾ, ਕਰਾ ਦਿਓ ਤੁਸੀਂ ਉਹਦੇ ਨਾਲ ਗੱਲ ਕਰ ਲਓ, ਕਰਾ ਦਿਓ। ਠੀਕ ਹੈ, ਬਾਕੀ ਵਾਹਿਗੁਰੂ ਕਿਰਪਾ ਕਰੂਗਾ। ਠੀਕ ਹੈ, ਕਰਾ ਦਿਓ ਜੀ, ਕਰਾ ਦਿਓ, ਮੈਂ ਕਰਾਉਣਾ ਗੱਲ ਉਹਦੇ ਨਾਲ। ਕਰਾਓ ਜੀ, ਕਰਾਓ। ਹਾਂਜੀ ਮੈਂ ਜਾ ਰਿਹਾ, ਗੱਲ ਕਰਾਉਣਾ ਤੁਹਾਡੀ। ਹੈਲੋ, ਹਾਂਜੀ ਸਰ, ਇਹ ਮੈਂ ਗੱਲ ਕਰਾਨਾ ਤੁਹਾਡੀ, ਮੈਂ ਜਰਾ ਗੱਲ ਕਰ ਰਿਹਾ ਇਹਨਾਂ ਨਾਲ। ਠੀਕ ਹੈ, ਕਰ ਲਓ ਕਰ ਲਓ। ਲਓ ਜੀ ਇਹ ਗੱਲ ਕਰੋ ਵੀਰ ਜੀ, ਇਹ ਸ਼ਮਸ਼ੇਰ ਨਾਲ ਗੱਲ ਕਰੋ। ਕਰਾਓ ਜੀ, ਕਰਾਓ, ਇਹ ਗੱਲ ਕਰੋ, ਆਰਾਮ ਨਾਲ ਹੌਸਲੇ ਨਾਲ ਗੱਲ ਕਰੋ। ਉਹ ਗੁਰਵਿੰਦਰ ਹੋਇਆ ਕੀ ਹੈ ਤੈਨੂੰ, ਕੀ ਹੋਇਆ? ਸ਼ਮਸ਼ੇਰ ਵੀਰ ਆਰਾਮ ਨਾਲ ਗੱਲ ਕਰ, ਕੀ ਹੋਇਆ, ਕੀ ਆ? ਜੀ ਆਪ ਨੂੰ ਨਾ
ਉਹ ਯਾਰ ਗੱਲ ਤਾਂ ਕਰ ਕੋਈ ਦੱਸ ਸਕਦੇ ਫੇਰ ਹੀ ਕੋਈ ਮਸਲਾ ਹੱਲ ਹੋਊਗਾ ਇਦਾਂ ਕੀ ਕਰਾਂਗੇ ਚੱਲ ਕੋਈ ਗੱਲ ਨੀ ਹੋ ਜਾਂਦਾ ਵਾਧਾ ਘਾਟਾ ਤੂੰ ਕੰਮ ਗੱਲ ਦੱਸ ਕੀ ਹੋਇਆ ਕੀ ਹੈ ਮੇਰੇ ਗੱਡੀ ਦਾ ਐਕਸੀਡੈਂਟ ਹੋ ਗਿਆ ਗੱਡੀ ਵਿੱਚ अच्छा गड्डी बज गई वो फिर क्यों आया छोटिया मोटिया गल्ला तो होंदिया रहिंदिया फिर क्यों आया मेरे मैं बड़ा शर्मिंदा है ओ मैं क्या चलो ओ चल कोई गल नहीं तू आप मुश्किल दस मुश्किल की है तेनू भाई माफ कर दे मेनू मैं तो बहुत बड़ी गलती हुई है ओ मैं क्या कोई गल नहीं तू दस सही हूं मैं की कर सकता तेरे वास्ते नहीं मेरी गल सुन हेलो हां जी ओ भाई जी उन्होंने पूछो भी हूँ 2.5 लाख रुपया इतनी इतनी वड्डी कितों मैं रकम कढूंगा जां ते कोई थोड़े बाते घट वद करो घट वद जदों तक तुसी नहीं छोड़दे उस तों पहले तुहाडा एटीएम नहीं मिलूगा ठीक है जदों तक तुसी इत्थों बाहर निकलना फिर एटीएम मिलना है उन्होंने इदां नहीं देना मैं गल कीती है उन्होंने नाल मैं क्या जनाब मैं मान लैना गल पर फिर भी इन्ना इन्ना कानून सख्त तो नहीं होंदा मौका तो दिंदा ही आ वो इतनी थोड़ी गल होंदी आ ओदा एटीएम वरतनगे तो फिर ही तो पैसे कढ़ाऊगा तो फिर ही तुहानू दऊगा ओ एटीएम नहीं जदों तक बाहर नहीं जाणगे उदों तक ओ तो पहला कितना एटीएम दे देणगे इहनू इहदी बेल करावणी पैणी है बाहर इहनू जिहड़ा अपनी जमानत ते बाहर कढ़ाणा पैणा हुण भाई जी मेरी गल सुनो ना नहीं थोड़ा बहुत जा तो तू ही सियाने जे भी हुण 2.5 लाख रुपया घर ते पिया नहीं हुंदा है ना तुहाडे कोल एनी टाइम किन्ने आ एनी टाइम तो हुण मेरे को 10-12 हजार रुपया होगा चलो डेढ़ लाख रुपया करो बाकी जेड़ा मामला इथों मैं क्लियर करके ठीक है क्योंकि मेरे कोल भी मौजूदा इन्ने है नहीं ते मैनू कोलों भर के बाहर लै जाना सी नहीं ओ तुहानू कह ते रिहा भी एटीएम मेरे च पैसे हैगे ते तुसी कोलों पा के कढ़ा दो ओनू ते बाद च मुड़ के पैसे लै ले तो मेरे कोल इन्ने नहीं आ मेरे कोल इन्ने टाइम जिहड़ा मैं चलिया इक तू इत्थे रोई जा रोंदा केड़ी गलो हुण एडी छत्ती की हो गया मैं करदा कुछ पर हुण ते इक्के दरी 2.5 लाख रुपया हुण इक्को वारी कित्थों आऊगा दसो ना मैनू चल मैं तेरे भरा दे नाल कर दा गल जे तू कुछ कर सकदा ते सिर्फ हेल्प दे बारे उन्हें तेनू फोन कराया इस करके उन्हें अगे कोई ओदा सारा कुछ ही है जदों अरेस्ट होया कहिंदा कोई गल दा पता ही ना लगे
ਫਿਰ ਹੁਣ ਮੈਂ ਕੀ ਕਰ ਸਕਦਾ 2.5 ਲੱਖ ਰੁਪਏ ਬਾਈ ਜੀ ਬਹੁਤ ਮੋਬਾਈਲ ਪੁਲਿਸ ਕਸਟਡੀ ਚ ਸਾਰੇ ਉਹਨਾਂ ਦੇ ਨੰਬਰ ਉਹਦੇ ਮੋਬਾਈਲ ਚ ਹੈ ਤੇ ਮੈਂ ਆਪਣੇ ਦੂਏ ਨੰਬਰ ਤੋਂ ਕਾਲ ਕਰਾ ਰਿਹਾ ਇਹਨੂੰ ਮਹਾਰਾਜ ਜੀ ਹੁਣ ਮੈਂ 2.5 ਲੱਖ ਰੁਪਇਆ ਹੁਣ ਮੈਂ ਇੰਨੀ ਵੱਡੀ ਰਕਮ ਕਿੱਥੋਂ ਲਿਆਉਂਗਾ ਮਜ਼ਦੂਰ ਬੰਦਾ ਮੈਂ ਇੰਨੇ ਪੈਸੇ ਕਿੱਥੋਂ ਲਿਆ ਸਕਦਾ ਜ਼ਿਆਦਾ ਕੋਈ ਘੱਟ ਵੱਧ ਕਰੋ ਘੱਟ ਵੱਧ ਤੁਸੀਂ ਕਿੰਨੇ ਕਰ ਸਕਦੇ ਹੁਣ 10-12 ਹਜ਼ਾਰ ਰੁਪਏ ਨਾਲ ਤੇ ਨਹੀਂ ਛੁੱਟਣ ਲੱਗਿਆ ਫਿਰ ਹੁਣ ਕੀ ਹੋ ਸਕਦਾ ਹੈ ਠੀਕ ਹੈ ਉਹੀ ਤੁਸੀਂ 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 ਕਿੱਥੋਂ ਬੋਲ ਰਹੇ ਹੋ ਕਿੱਥੋਂ ਤੁਸੀਂ USA ਚ ਬੈਠੇ ਤੁਸੀਂ ਵੀ ਹਾਂਜੀ ਨਹੀਂ USA ਦਾ ਨਹੀਂ ਨੰਬਰ ਹੈਗਾ ਯਾਰ USA ਦਾ ਨੰਬਰ ਮੈਨੂੰ ਆਉਂਦਾ ਨਹੀਂ ਨਾ ਨੰਬਰ ਹੀ ਨਹੀਂ USA ਦਾ ਤੇ ਭਾਜੀ USA ਦਾ ਨੰਬਰ ਹੈ ਜਿਹੜੀ ਹੈ ਹੈਗੀ ਆ ਨਾ ਇੱਥੇ ਭੈਣ ਜੀ ਇੱਕ ਆਈ ਸੀ ਠੀਕ ਹੈ ਇੱਥੇ ਸੈਰ ਵਾਸਤੇ ਅੱਛਾ ਓਹਦਾ ਨੰਬਰ ਹੈ ਓਕੇ ਉਹ ਕੈਨੇਡਾ ਤੋਂ ਬਿਲੋਂਗ ਕਰਦੇ ਆ ਅੱਛਾ 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 ਹਾਂਜੀ ਹੁਣ ਫਿਰ ਮੈਂ ਕੀ ਕਰ ਸਕਦਾ ਉਹ ਕੈਨੇਡਾ ਤੋਂ ਬਿਲੋਂਗ ਕਰਦੇ ਆ ਮੈਂ ਤੁਹਾਨੂੰ ਉਹ ਭੈਣ ਜੀ ਨਾਲ ਵੀ ਗੱਲ ਕਰ ਲਓ ਤੁਸੀਂ ਜਿਨ੍ਹਾਂ ਨੇ ਇਹ ਗੱਲ ਕਰਾਈ ਹੈ ਠੀਕ ਹੈ ਚਲੋ ਕਰਾ ਦਿਓ ਕੀ ਕਹਿੰਦੇ ਉਹਦੇ ਨਾਲ ਵੀ ਮੈਂ ਤੁਹਾਡੀ ਗੱਲ ਕਰਾ ਦਿੰਦਾ ਲਓ ਕਰਾਓ ਕਰਾਓ ਤੇ ਤੁਹਾਨੂੰ ਮੈਂ ਆਪਣੇ ਨੰਬਰ ਤੋਂ ਕਾਲ ਕਰਦਾ ਆਪਣੇ ਨੰਬਰ ਤੋਂ ਕਾਲ ਕਰਦਾ ਨਾਲੇ ਚਲੋ ਠੀਕ ਹੈ ਜੀ ਕਰ ਦਿਓ ਇਹ ਗੱਲ ਕਰੋ ਭੈਣ ਜੀ ਉਹ ਹੈਲੋ ਹਾਂਜੀ ਹਾਂਜੀ ਹਾਂ ਵੀਰੇ ਮੈਂ ਕੈਨੇਡਾ ਦੀ ਰਹਿਣ ਵਾਲੀ ਆ ਤੇ ਅਸੀਂ ਸੈਲ ਵਾਸਤੇ ਵੀਰੇ ਆਏ ਸੀ ਜੀ ਜੀ ਹਾਂਜੀ ਵੀਰੇ ਨੰਬਰ ਮੇਰਾ ਕੈਨੇਡਾ ਦਾ ਹੈ ਮੈਂ ਕੈਨੇਡਾ ਦੀ ਰਹਿਣ ਵਾਲੀ ਆ ਤੇ ਮੈਂ ਨਾ ਤੁਹਾਡਾ ਨੰਬਰ ਵਕੀਲ ਨੂੰ ਦੇਣ ਲੱਗੀ ਆ ਤੇ ਤੁਸੀਂ ਹੁਣ ਵਕੀਲ ਨਾਲ ਰਾਬਤਾ ਕਰ ਲੈਣਾ ਅੱਛਾ ਵੀਰੇ ਹੁਣ ਮੈਂ ਤੇ ਚੱਲੀ ਆ ਮੇਰਾ ਕੰਮ ਹੋ ਗਿਆ ਹੈ ਮੋਬਾਈਲ ਵੀ ਤੇ ਜਿਵੇਂ ਉਹ ਬਾਹਰ ਆਏਗਾ ਤੁਹਾਡਾ ਜਿਹੜਾ ਪੈਸਾ ਜਿੰਨਾ ਤੁਸੀਂ ਭਰਦੇ ਹੋ ਫਾਈਨ ਤੁਹਾਨੂੰ ਰਿਟਰਨ ਕਰ ਦੇਗਾ ਮੈਨੂੰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜੇ ਤੁਸੀਂ ਇੰਨੀ ਮਦਦ ਕੀਤੀ ਉਹਦੀ ਤੇ ਥੋੜੀ ਜਿਹੀ ਮਦਦ ਹੋਰ ਕਰ ਦਿਓ 1 ਲੱਖ ਰੁਪਇਆ ਮੈਂ ਪਾਉਣਾ 1 ਲੱਖ ਤੁਸੀਂ ਪਾ ਦਿਓ 2 ਲੱਖ ਰੁਪਇਆ ਇਹਨੂੰ ਦੇ ਕੇ ਕੰਮ ਨਿਬੇੜ ਦਈਏ ਚਲੋ ਵੀਰੇ ਤੁਸੀਂ ਇਨਸਾਨੀਅਤ ਹੋਣ ਦੇ ਨਾਤੇ ਚਲੋ ਮੈਂ ਤੁਹਾਡਾ ਸਾਥ ਦਿੰਨੀ ਆ ਤੇ ਵੀਰੇ ਤੁਸੀਂ ਫੇਰ ਕਰੋ ਹਾਂ ਦੱਸੋ ਮੈਂ ਕਿੱਥੇ ਭੇਜਾਂ 1 ਲੱਖ ਰੁਪਇਆ ਮੈਂ ਵਕੀਲ ਤੁਹਾਨੂੰ ਕੌਣ ਭੇਜ ਦਿੰਦੇ ਨੇ ਵੀਰੇ ਮੈਨੂੰ ਫੇਰ ਹੁਣ ਇੱਥੇ ਕੁਝ ਦੇਰ ਰੁਕਣਾ ਪੈਣਾ ਜਿਵੇਂ ਮੁੰਡਾ ਬਾਹਰ ਆਂਦਾ ਨਾ ਏਟੀਐਮ ਮਾਰ ਕੇ ਮੈਨੂੰ ਪੈਸੇ ਰਿਟਰਨ ਕਰ ਦੇਣੇ ਨੇ ਤੁਹਾਨੂੰ ਵੀ ਦੇ ਦੇਗਾ ਮੈਂ ਉਹੀ ਤੇ ਕਹਿ ਰਿਹਾ ਚਲੋ ਉਹ ਸਾਡਾ ਤੇ ਚਲ ਰਿਸ਼ਤੇਦਾਰੀ ਦਾ ਮਾਮਲਾ ਅਸੀਂ ਤੇ ਪੈਸੇ ਲੈ ਹੀ ਲੈਣੇ ਆ ਤੂੰ ਮੈਂ ਤੁਹਾਡੇ ਪੈਸੇ ਦੀ ਗੱਲ ਕਰਨਾ ਹੁਣ ਮੇਰੇ ਕੋਲ ਵੀ ਇੰਨੇ ਪੈਸੇ ਨਹੀਂ ਨਾ ਹੈਗੇ ਮੇਰੇ ਅਕਾਊਂਟ 'ਚ ਵੀ ਇਹੋ ਕੋਈ 70-80 ਹਜ਼ਾਰ ਰੁਪਇਆ ਹੋਣਾ ਕਿਸੇ ਤੋਂ ਕੁਛ ਫੜ ਤਰ ਲੈਂਦੇ ਹੋਰ ਕੀ ਆ ਚਲੋ ਵੀਰੇ ਕਰੋ ਤੁਸੀਂ ਕਰੋ 1 ਲੱਖ ਕਰੋ ਤੇ ਚਲੋ ਠੀਕ ਹੈ ਚਲੋ ਵੀਰੇ ਮੈਂ ਕਰ ਦਿੰਨੀ ਆ 1 ਲੱਖ ਮੈਨੂੰ ਪਤਾ ਹੈ ਉਹ ਮੁੰਡਾ ਮੈਨੂੰ ਵਾਪਸ ਕਰ ਹੁਣ ਦੇ ਦੇਗਾ ਹਾਂ ਠੀਕ ਹੈ ਜੀ ਨਹੀਂ ਕੋਈ ਨਹੀਂ ਵੀਰੇ ਮੈਂ ਇੰਨਾ ਕਰ ਸਕਨੀ ਆ ਤੇ ਕੋਈ ਗੱਲ ਨਹੀਂ ਮੈਂ ਇੰਨਾ ਵੀ ਕਰ ਦਿਆਂਗੀ ਵੀਰੇ ਕਰ ਦਿਆਂਗੀ ਠੀਕ ਹੈ ਵੀਰੇ ਮੈਂ 1 ਲੱਖ ਕਰ ਦਿੰਨੀ ਆ ਤੁਸੀਂ ਵਕੀਲ ਨਾਲ ਗੱਲ ਕਰ ਲਓ ਉਹਨੂੰ ਕਹੋ ਕਿ ਨੰਬਰ ਮੈਨੂੰ ਦੱਸ ਦਿਓ ਮੈਂ ਇਹਨਾਂ ਨੂੰ ਆਪਣੇ ਨੰਬਰ ਤੋਂ ਕਾਲ ਲਾ ਲੈਣਾ ਠੀਕ ਹੈ ਆ ਵੀਰੇ ਤੁਹਾਡਾ ਨੰਬਰ ਮੈਂ ਵਕੀਲ ਨੂੰ ਦੇ ਦਿਆਂ ਦੇ ਦੋ ਜੋ ਤੱਕ ਉਹਦੀ ਬਿਜਲੀ ਆਧਾ ਘੰਟਾ ਠੀਕ ਹੈ ਵੀਰੇ ਮੈਂ ਇੱਥੇ ਰੁਕ ਜਾਨੀ ਆ ਕੋਈ ਨਹੀਂ ਵੀਰੇ ਮੈਂ ਇੱਥੇ ਹੀ ਆ ਠੀਕ ਹੈ ਵੀਰੇ ਮੈਂ 1 ਲੱਖ ਦਾ ਮੈਂ ਪ੍ਰਬੰਧ ਕਰ ਦਿੰਨੀ ਆ ਤੇ ਤੁਸੀਂ 1 ਲੱਖ ਦਾ ਕਰ ਦਿਓ ਠੀਕ ਹੈ ਹਾਂ ਚਲੋ ਮੈਂ ਤੁਹਾਡਾ ਨੰਬਰ ਦੇ ਦਿੰਨੀ ਆ ਵਕੀਲ ਨੂੰ ਮੈਂ ਇੱਥੇ ਹੀ ਆ ਜਦੋਂ ਤੱਕ ਤੁਹਾਡਾ ਮੁੰਡਾ ਬਾਹਰ ਨਹੀਂ ਆਂਦਾ ਮੈਂ ਇੱਥੇ ਹੀ ਹੈਗੀ ਆ ਠੀਕ ਹੈ ਬਾਹਰ ਕਢਾ ਦਿੰਨਾ ਫਿਰ ਤੁਸੀਂ ਇਹਨਾਂ ਨਾਲ ਮੈਂ ਬਾਹਰ ਕਢਾ ਕੇ ਤੁਹਾਡੇ ਮੁੰਡੇ ਨਾਲ ਗੱਲ ਕਰਵਾ ਕੇ ਫਿਰ ਵੀਰੇ ਜਾਵਾਂਗੀ ਓਕੇ ਤੇ ਉਸੇ ਵੇਲੇ ਛੱਡ ਦੇਣਗੇ ਪੈਸੇ ਲੈ ਕੇ ਉਸੇ ਵੇਲੇ ਛੱਡ ਦੇਣਗੇ ਉਹ 5 ਮਿੰਟ ਵਕੀਲ ਕਹਿੰਦਾ 5 ਮਿੰਟਾਂ 'ਚ ਮੈਂ ਮੁੰਡਾ ਬਾਹਰ ਕਢਾ ਦੇਣਾ ਕਿਉਂਕਿ ਉਹ ਮੈਨੂੰ ਕਹਿੰਦਾ ਭੈਣ ਜੀ ਤੁਸੀਂ ਮੇਰੀ ਹੈਲਪ ਕਰ ਦਿਓ ਚਲੋ 1 ਲੱਖ ਉਹ ਭਰਦੇ ਨੇ ਤੇ ਤੁਸੀਂ 1 ਲੱਖ ਕਰ ਦਿਓ ਤੇ ਜਿਵੇਂ ਮੈਂ ਬਾਹਰ ਆਉਂਦਾ ਤੇ ਮੈਂ ਤੁਹਾਨੂੰ ਦੇ ਦਿੰਦਾ ਏਟੀਐਮ 'ਚੋਂ ਕੱਢ ਕੇ ਠੀਕ ਹੈ ਚਲੋ ਠੀਕ ਹੈ ਵੀਰੇ ਮੈਂ ਵਕੀਲ ਨੂੰ ਤੁਹਾਡਾ ਨੰਬਰ ਦੇ ਦਿੰਨੀ ਹਾਂ ਦੇ ਦਿਓ ਜੀ ਹਾਂਜੀ ਵੀਰ ਜੀ ਮੈਂ ਆਪਣੇ ਨੰਬਰ ਤੋਂ ਕਾਲ ਕਰ ਰਿਹਾ ਮੈਂ ਜਗਮੋਹਨ ਸਿੰਘ ਨੰਦਾ ਗੱਲ ਕਰਦਾ ਐਡਵੋਕੇਟ ਜਗਮੋਹਨ ਸਿੰਘ ਨੰਦਾ ਜੀ ਤੇ ਆਹ ਨੰਬਰ ਕਿੱਥੋਂ ਦਾ ਹੈ
ਇਹ ਨੰਬਰ ਮੇਰਾ ਜਿਹੜਾ ਹੈ ਨਾ ਇੰਟਰਨੈਸ਼ਨਲ ਕਰਵਾਇਆ, ਨੰਬਰ ਮੇਰਾ ਇੱਥੇ ਦਾ ਹੀ ਹੈ, ਭਾਰਤ ਦਾ ਹੀ ਹੈ, ਠੀਕ ਹੈ। ਮੈਂ ਪਟਿਆਲੇ ਤੋਂ ਬਿਲੋਂਗ ਕਰਦਾ, ਸਿਰਫ ਇੱਥੇ ਜਿਹੜੀ ਹੈ ਨਾ ਬਾਹਰ ਆਪਣੇ ਪੰਜਾਬੀ ਭਰਾਵਾਂ ਵਾਸਤੇ ਵਕਾਲਤ ਕਰੀ ਦੀ। ਨਹੀਂ ਤੁਸੀਂ ਹੁਣ ਇੱਥੇ ਪਹਿਲਾਂ ਤੁਸੀਂ ਕਹਿ ਰਹੇ ਯੂਕੇ ਬੈਠੇ, ਯੂਐਸਏ ਬੈਠੇ, ਹੁਣ ਤੁਸੀਂ ਕਹਿੰਦੇ ਪਟਿਆਲੇ ਬੈਠੇ। ਭਾਜੀ ਇੱਥੇ ਹੀ ਆ, ਬਾਹਰ ਹੀ ਆ। ਅੱਛਾ ਅੱਛਾ ਅੱਛਾ, ਮੈਂ ਬਾਹਰ ਦੀ ਤਾਂ, ਹਾਂਜੀ ਆਊਟ ਆਫ ਕੰਟਰੀ, ਫੋਰਨ ਚ ਹੀ ਆ। ਠੀਕ ਹੈ ਜੀ। ਇਹ ਮੇਰੀ ਉੱਤੇ ਫੋਟੋ ਲੱਗੀ ਹੋਈ ਆ, ਮੈਂ, ਮੇਰਾ ਨਾਂ ਜਗਮੋਹਨ ਸਿੰਘ ਨੰਦਾ ਹੈ। ਮੇਰੀ ਆਈਡੀ ਚੈੱਕ ਕਰ ਸਕਦੇ, ਮੇਰੀ ਆਈਡੀ ਤੇ ਕੀ ਨਾਂ ਲਿਖਿਆ ਹੋਇਆ? ਠੀਕ ਹੈ, ਹਾਂਜੀ, ਏਦਾਂ ਵਾਲੀ ਕੋਈ ਗੱਲ ਨੀ ਹੈ। ਠੀਕ ਹੈ, ਮੇਰਾ ਇੱਥੇ ਜਿਹੜਾ ਕੰਮ ਹੈ ਇੱਥੇ ਆਪਣਾ ਵਕਾਲਤ ਹੀ ਕਰੀ ਦੀ ਹੈ। ਹਾਂਜੀ ਹਾਂਜੀ, ਹੁਣ ਦੱਸੋ ਮੈਂ ਕੀ ਕਰ ਸਕਦਾ ਵੀਰ ਜੀ। ਉਹ ਜਿਹੜੀ ਹੈਗੀ ਆ ਭੈਣ, ਉਹ ਕਹਿੰਦੀ ਹੈ ਕਿ ਚਲੋ ਮੈਂ 1,00,000 ਰੁਪਇਆ ਕਰ ਦਿੰਨੀ ਆ। ਠੀਕ ਹੈ, ਜਿਹੜਾ ਵੀਰ ਭਾਈ ਇਹਨੂੰ ਬਾਹਰ, ਇਹਦੇ ਕੋਲ ਬਾਹਰ ਜਾ ਕੇ ਪੈਸੇ ਲੈ ਕੇ, ਤੁਹਾਡੇ ਵੀ ਪੈਸੇ, ਉਹ ਜਿਹੜਾ ਮੈਂ ਉਹਨੂੰ ਕਹਿ ਦਿਆਂਗਾ ਇਸੇ ਤਰ੍ਹਾਂ, ਉਹਦੇ ਵੀ ਉਹਨੂੰ ਭੇਜ ਦੇ। ਬਾਈ ਜੀ ਏਦਾਂ ਕਰੋ ਵੀ ਉਹ ਬੀਬੀ ਤੋਂ 1,00,000 ਲੈ ਲਓ ਤੁਸੀਂ, ਤੇ ਉਹਨੂੰ ਬਾਹਰ ਕਢਾਓ, ਬਾਕੀ ਜਦੋਂ ਬਾਹਰ ਆਊਗਾ ਉਦੋਂ ਪੈਸੇ, ਬਾਕੀ ਪੈਸੇ ਵਾਪਸ ਫੇਰ ਲੈ ਲਿਓ ਤੁਸੀਂ। ਇਹਨਾਂ ਦੇ ਕਰ ਹੀ ਸਕਦੇ, ਹੁਣ ਇੱਕਦਮ ਫਾਹ ਥੋੜੀ ਲੈ ਲੈਣਾ ਕਿਸੇ ਨੇ। 2,50,000 ਰੁਪਇਆ ਉਹਨਾਂ ਨੂੰ ਦੇ ਦਾ ਫਾਈਨ ਲੱਗੇ ਹੈ। ਮੈਂ ਉਹੀ ਕਹਿ ਰਿਹਾ ਨਾ, ਉਹਨਾਂ ਤੋਂ ਕੋਈ ਮੋਹਲਤ ਵਗੈਰਾ ਲੈ ਲਈ ਦੀ ਹੁੰਦੀ ਹੈ, ਗੱਲਬਾਤ ਹੋ ਜਾਂਦੀ ਹੈ, 4 ਬੰਦੇ ਬਹਿ ਕੇ ਨਿਬੇੜ ਲੈਂਦੇ ਆ, ਉਹ ਗੱਲ ਨਹੀਂ ਹੈ। ਗਲਤੀ ਇਹਦੀ ਹੈ, ਇਹਨਾਂ ਗਲਤ ਗੱਡੀ ਕੱਟ ਕੇ ਮਾਰੀ ਹੈ। ਚਲੋ ਹੋ ਗਈ, ਮੈਂ ਹੁਣ ਕੀ ਕਹਿ ਸਕਦਾ ਫਿਰ। ਏਦਾਂ ਕਰੋ ਆਪਣਾ ਪੂਰਾ ਐਡਰੈਸ ਮੈਨੂੰ ਦੇ ਦਿਓ, ਮੈਂ ਵੀ ਤੁਹਾਡੇ ਨਾਲ ਰਲਦਾ ਤੇ ਆਪਾਂ ਇਹ ਕੰਮ ਸ਼ੁਰੂ ਕਰੀਏ ਦੁਬਾਰਾ। ਮੈਂ ਵੀ ਅੱਜ ਕੱਲ ਬੇਰੋਜ਼ਗਾਰ ਹਾਂ, ਇਹੋ ਜਿਹੜਾ ਕਰਨ ਡੇ ਹੋ ਗਏ ਕਰਨ ਡੇ ਹੋ ਐ ਵਕੀਲ ਤੂੰ ਵਕੀਲ ਕਰਨਾ, ਤੂੰ ਪੜਿਆ ਲਿਖਿਆ? ਬਿਲਕੁਲ ਪੜਿਆ ਲਿਖਿਆ। ਵਕੀਲ ਵਾਲਾ ਕੰਮ ਕਰਨਾ? ਮੈਂ ਵਕੀਲਾਂ ਨੂੰ ਪੱਠੇ ਪਾਉਣਾ ਹੈ। ਤੇ ਆ ਜਾ ਮੇਰੇ ਕੋਲ ਇੱਥੇ, ਫਿਰ ਆ ਜਾਣਾ ਤੁਸੀਂ, ਦੱਸੋ ਆਪਾਂ ਇੰਟਰਵਿਊ ਕਰਦੇ ਹਾਂ ਤੁਹਾਡੀ। ਮੈਂ ਉਹ ਗੱਲ ਕਰਦਾ, ਤੁਸੀਂ ਆ ਜਾਓ ਇੱਥੇ। ਬਾਈ ਜੀ ਇਹ ਲਾਈਵ ਚੱਲ ਰਿਹਾ ਤੁਹਾਡਾ।